ਹੋਏ ਦੂਸ਼ਿਤ ਪਾਣੀ ਕਾਰਨ ਜਿੱਥੇ ਇਨਸਾਨ ਨੂੰ ਕਈ ਭਿਆਨਕ ਬਿਮਾਰੀਆਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਉੱਥੇ ਹੀ ਜ਼ਿਆਦਾਤਰ ਬੱਚਿਆਂ ਨੂੰ ਪੀਣ ਵਾਲੇ ਦੂਸ਼ਿਤ ਪਾਣੀ ਨਾਲ ਕਈ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਦੇੜਬਾ ਨੇੜੇ ਪਿੰਡ ਸਿੰਦੜਾ ਵਿਖੇ ਦਾਨੀ ਸੱਜਣ ਗੁਰਕੀਰਤ ਸਿੰਘ ਵੱਲੋਂ ਸਕੂਲੀ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਨੂੰ ਆਰਓ ਵਾਟਰ ਫਿਲਟਰ ਦਾਨ ਕੀਤਾ ਗਿਆ ਹੈ ਇਸ ਮੌਕੇ ਅਕਾਲੀ ਆਗੂ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੁਖਜਿੰਦਰ ਸਿੰਘ ਸਿੰਦੜਾ ਅਤੇ ਸਕੂਲ ਦੇ ਮੁੱਖ ਅਧਿਆਪਕ ਨਰਿੰਦਰ ਮਿੱਤਲ ਵੱਲੋਂ ਸਾਡੀ ਟੀਮ ਨਾਲ ਗੱਲ ਕਰਦਿਆਂ ਜਿੱਥੇ ਗੁਰਕੀਰਤ ਸਿੰਘ ਦੇ ਦਾਨੀ ਹੋਣ ਉੱਤੇ ਮਾਣ ਕੀਤਾ ਉੱਥੇ ਹੀ ਉਹਨਾਂ ਦਾ ਧੰਨਵਾਦ ਵੀ ਕੀਤਾ ਇਸ ਦੇ ਨਾਲ ਹੀ ਉਹਨਾਂ ਹੋਰਨਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ ਕਰਨਾਗਾ ਕਿ ਸਾਡੀ ਨਿੱਕੀ ਜੀ ਬੇਨਤੀ ਤੇ ਇਹਨਾਂ ਨੇ ਮਤਲਬ ਇਮੀਡੀਏਟ ਨਾਲ ਦੀ ਨਾਲ ਵਾਟਰ ਫਿਲਟਰ ਸਾਡੇ ਸਕੂਲ ਨੂੰ ਦਾਨ ਦਿੱਤਾ ਤੇ ਜਿਨ੍ਹਾਂ ਦੇ ਅਸੀਂ ਵੀ ਤੇ ਸਾਡੇ ਬੱਚੇ ਵੀ ਤੇ ਪਿੰਡ ਵਾਲੇ ਵੀ ਬਹੁਤ ਜ਼ਿਆਦਾ ਮਤਲਬ ਧੰਨਵਾਦੀ ਨੇ ਇਹਨਾਂ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਅਤੇ ਇਹਨਾਂ ਨੂੰ ਅੱਗੇ ਤੋਂ ਵੀ ਆਸ ਰੱਖਦੇ ਹਾਂ ਵੀ ਇਹ ਪਿੰਡ ਦੇ ਵਿਕਾਸ ਦੇ ਕੰਮਾਂ ਵਿੱਚ ਸਾਂਝੇ ਕੰਮਾਂ ਦੇ ਵਿੱਚ ਬਿਹਤਰੀ ਨਾਲ ਅੱਗੇ ਤੋਂ ਬਚਤ ਹਿੱਸਾ ਲੈਣ ਚੰਗਾ ਪਾਣੀ ਪੀਣ ਦਾ ਬੰਦੋਬਸਤ ਕਰ ਸਕੀਏ ਇਸ ਤਰ੍ਹਾਂ ਦੇ ਕਾਰੋਬਾਰ ਇਸ ਤਰ੍ਹਾਂ ਦੇ ਪ੍ਰੋਜੈਕਟ ਹਰ ਇੱਕ ਸਕੂਲ 'ਚ ਲੱਗਣੇ ਜ਼ਰੂਰੀ ਨੇ ਲਵਾਉਣੇ ਚਾਹੀਦੇ ਨੇ ਆਪਾਂ ਨੂੰ ਅਤੇ ਮੇਰੀ ਪੁਰਜ਼ੋਰ ਜਿੱਥੇ ਵੀ ਮੇਰੀ ਆਵਾਜ਼ ਆਉਂਦੀ ਹੋਵੇ ਮੇਰੀ ਸਾਰਿਆਂ ਨੂੰ ਪੁਰਜ਼ੋਰ ਬੇਨਤੀ ਹੈ ਵੀ ਆਪਾਂ ਬੱਚਿਆਂ ਦੇ ਭਵਿੱਖ ਲਈ ਬੱਚਿਆਂ ਦੀ ਸਿਹਤ ਲਈ ਆਪਾਂ ਸਾਰੇ ਸਕੂਲਾਂ ਦੇ ਵਿੱਚ ਫਿਲਟਰ ਹੋਣੇ ਬਹੁਤ ਜ਼ਰੂਰੀ ਨੇ ਜਿਹੜੇ ਲਵਾਉਣਗੇ ਉਹਦਾ ਧੰਨਵਾਦ ਕਰਦੇ ਹਾਂ ਅਤੇ ਬੇਨਤੀ ਵੀ ਕਰਦੇ ਹਾਂ ਵੀ ਹਰ ਇੱਕ ਸਕੂਲ ਦੇ ਵਿੱਚ ਬੱਚਿਆਂ ਵਾਸਤੇ ਸ਼ੁੱਧ ਪਾਣੀ ਪੀਣ ਵਾਲਾ ਹੋਵੇ।